ਮੇਰਾ ਨਾਮ ਸੁਰਿੰਦਰ ਕੁਮਾਰ ਵਿਸ਼ਿਸ਼ਟ ਹੈ 19 ਅਗਸਤ ਨੂੰ ਮੈਨੂੰ ਕੋਵਿਡ ਦੀ ਪ੍ਰੋਬਲਮ ਆਈ ਸੀ ਤੇ ਮੇਰੇ ਦੋਸਤ ਨੇ ਡਾਕਟਰ ਚੋਹਾਨ ਤੇ ਉਹਨਾਂ ਨੇ ਮੈਨੂੰ ਰੈਫਰ ਕੀਤਾ ਕਿ ਜੋ ਐਡਮਿਟ ਇਮੀਡੀਏਟਲੀ ਐਟ ਅਮਨਦੀਪ ਹਸਪੀਟਲ ਉੱਥੇ ਮੇਰਾ ਟ੍ਰੀਟਮੈਂਟ ਤਕਰੀਬਨ 15 ਦਿਨ ਚੱਲਿਆ ਔਰ ਡਾਕਟਰ ਮਨਦੀਪ ਨੇ ਮੇਰਾ ਇਹ ਇਲਾਜ ਕੀਤਾ ਔਰ ਐਸ ਪਰ ਐਸ ਹਸਪੀਟਲਸ ਆਰ ਕਨਸਰਨ ਅਮਨਦੀਪ ਹਸਪੀਟਲ ਇਜ਼ ਵਨ ਆਫ ਦੀ ਬੈਸਟ ਹਸਪੀਟਲ ਇਨ ਅਮਰਸਰ ਜਿਨ੍ਹਾਂ ਨੇ ਇਸ ਕੋਵਿਡ ਦੇ ਵਿੱਚ ਬਹੁਤ ਵਧੀਆ ਰੋਲ ਪਲੇ ਕਰ ਰਹੇ ਨੇ ਔਰ ਬੇਸਿਕਲੀ ਡਾਕਟਰ ਮਨਦੀਪ ਤੇ ਉਹਨਾਂ ਦੀ ਟੀਮ ਐਸ ਵੈਲ ਐਜ਼ ਉਹਨਾਂ ਦਾ ਸਟਾਫ ਜਿਹੜਾ ਵਾ ਉਹ ਇੰਨੇ ਕੋਆਪਰੇਟਿਵ ਨੇ ਵੀ ਮੇਰੀ ਹਾਲਤ ਜੋ ਕ੍ਰਿਟੀਕਲ ਸੀ ਜਿੰਨੀ ਕ੍ਰਿਟੀਕਲ ਸੀ ਵਨ ਟਾਈਮ ਮੇਰੇ ਤੇ ਆਕਸੀਜਨ ਦਾ ਜਿਹੜਾ ਲੈਵਲ ਆ ਉਹ 12 ਲੀਟਰ ਤੇ ਪਹੁੰਚ ਗਿਆ ਸੀ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਮੈਨੂੰ ਗਾਈਡ ਕੀਤਾ ਸੀ ਔਰ ਇਹਨਾਂ ਦੇ ਸਟਾਫ ਨੇ ਜਿਸ ਤਰ੍ਹਾਂ ਮੈਨੂੰ ਕੋਆਪਰੇਟ ਕੀਤਾ ਪਲੱਸ ਨੇਚਰਲ ਵੈਂਟੀਲੇਟਰ ਦੇ ਉੱਪਰ ਮੈਂ ਬਹੁਤ ਐਕਸਰਸਾਈਜ਼ ਕੀਤੀ ਉਹਦੇ ਨਾਲ ਮੇਰਾ ਇਹ ਹੋਇਆ ਵੀ ਮੇਰੀ ਆਕਸੀਜਨ ਲੈਵਲ ਜਿਹੜਾ ਉਹ ਨੈਕਸਟ ਡੇ ਤੋਂ 12 ਲੀਟਰ ਤੋਂ 10 ਲੀਟਰ ਹੋ ਗਿਆ 10 ਤੋਂ ਫਿਰ 8 ਲੀਟਰ 8 ਲੀਟਰ 6 ਲੀਟਰ ਔਰ ਮੈਂ ਜਿਹੜਾ ਕ੍ਰਿਟੀਕਲ ਸਿਚੁਏਸ਼ਨ ਚੋਂ ਬਾਹਰ ਆ ਗਿਆ ਔਰ ਇਹਦਾ ਮੇਰੇ ਖਾਤੇ ਸਾਰਾ ਕ੍ਰੈਡਿਟ ਇਟਸ ਗੋਸ ਟੂ ਡਾਕਟਰ ਮਨਦੀਪ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਨੂੰ ਪ੍ਰੋਪਰਲੀ ਗਾਈਡ ਉਹਨਾਂ ਦੀ ਪੂਰੀ ਟੀਮ ਹੈ ਡਾਕਟਰ ਤਜਿੰਦਰ ਕੌਰ ਨੇ ਜਿਹੜੇ ਨਾਲ 슈ਗਰ ਦਾ ਦੇਖਦੇ ਨੇ ਉਹਨਾਂ ਦੀ ਟੀਮ ਐਡੀ ਵਧੀਆ ਆ ਵਾ ਸਟਾਫ ਐਡਾ ਵਧੀਆ ਆ ਵਾ ਵੀ ਉਹ ਸਾਡੇ ਨਾਲ ਮਿਲ ਕੇ ਉਹਨਾਂ ਨੇ ਬਹੁਤ ਵਧੀਆ ਵਿਹਾਰ ਕੀਤਾ ਬਹੁਤ ਵਧੀਆ ਮੇਰਾ ਟ੍ਰੀਟਮੈਂਟ ਕੀਤਾ ਔਰ ਉਹਦਾ ਤੇ ਸਦਕੇ ਅੱਜ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ ਵਾਂ ਔਰ ਆਈ ऍम ਰੀਅਲੀ ਥੈਂਕਫੁਲ ਟੂ ਅਮਨਦੀਪ ਹਸਪੀਟਲ ਡਾਕਟਰ ਅਵਤਾਰ ਜੀ